ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਜੇ ਵੀ ਮੇਰੀ ਰੈਸਪੀ ਹੈਗੀ ਆ ਜੀ ਆਟੇ ਦੀਆਂ ਸੇਵੀਆਂ ਇਹ ਸੇਵੀਆਂ ਬਹੁਤ ਹੀ ਸਵਾਦ ਬੰਦੀਆਂ ਤੇ ਬਹੁਤ ਹੀ ਹੈਲਦੀ ਸੇਵੀਆਂ ਇਹ ਹੈਗੀਆਂ ਤੇ ਇਹਨੂੰ ਆਪਾਂ ਬਣਾਉਣ ਦਾ ਤਰੀਕਾ ਦੱਸ ਦਿੰਨੇ ਆ ਇਹ ਸੇਵੀਆਂ ਲੈ ਲਈਆਂ ਜੀ ਤੇ ਇਹਨੂੰ ਆਪਾਂ ਪਹਿਲਾਂ ਥੋੜੀ ਦੇਰ ਲਈ ਭੁੰਨਾਂਗੇ ਜਦੋਂ ਇਹ ਚੰਗੀ ਤਰ੍ਹਾਂ ਬ੍ਰਾਊਨ ਹੋ ਜਾਣਗੀਆਂ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਬਣਾਵਾਂਗੇ ਤੇ ਇਹਨੂੰ ਆਪਾਂ ਹੁਣ ਭੁੰਨਾ ਸ਼ੁਰੂ ਕਰਦੇ ਆ ਹੌਲੀ ਹੌਲੀ ਕਰੀਬ ਇਹਨੂੰ 5 ਪੰਜ ਮਿੰਟ ਲੱਗ ਜਾਂਦੇ ਚਾਰ ਪੰਜ ਮਿੰਟ ਬ੍ਰਾਊਨ ਹੋਣ ਦੇ ਵਿੱਚ ਇਹ ਦੇਖੋ ਇਹਦਾ ਕਲਰ ਜਿਹੜਾ ਥੋੜਾ ਥੋੜਾ ਚੇਂਜ ਹੋਣਾ ਸ਼ੁਰੂ ਹੋ ਗਿਆ ਇਹ ਦੇਖੋ ਸਾਰੀਆਂ ਬੰਨੀਆਂ ਸ਼ੁਰੂ ਹੋ ਗਈਆਂ ਬਹੁਤ ਹੀ ਵਧੀਆ ਜਿਹੜੀਆਂ ਸੇਵੀਆਂ ਹੈਗੀਆਂ ਬਣ ਕੇ ਤਿਆਰ ਹੁੰਦੀਆਂ ਤੇ ਜਦੋਂ ਬਿਲਕੁਲ ਸਾਰੀਆਂ ਸੇਵੀਆਂ ਭੁੰਨੀਆਂ ਜਾਣਗੀਆਂ ਤੇ ਉਦੋਂ ਆਪਾਂ ਇਹਨਾਂ ਨੂੰ ਪਨਾਵਾਂਗੇ ਇਹ ਦੇਖੋ ਇਹਨਾਂ ਦਾ ਜਿਹੜਾ ਕਲਰ ਚੇਂਜ ਹੋ ਰਿਹਾ ਹੁਣ ਮੈਂ ਇਹਨੂੰ ਫੋਰਕ ਦੀ ਹੈਲਪ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਸਾਰੀ ਨੂੰ ਮਿਕਸ ਕਰ ਦਾਂਗੇ ਇਹਨੂੰ ਬਹੁਤ ਹੀ ਸੌਫਟ ਹੱਥਾਂ ਨਾਲ ਮਿਕਸ ਕਰਨਾ ਪੈਂਦਾ ਹੈ ਤਾਂ ਕਿ ਭੁਰ ਨਾ ਜਾਣ ਜ਼ਿਆਦਾ ਤੇ ਇਹ ਜਦੋਂ ਜਿਆਦਾ ਚੰਗੀ ਤਰ੍ਹਾਂ ਬਰਾਊਨ ਹੋਣ ਗਿਆ ਤਾਂ ਹੀ ਇਹ ਸਵਾਦ ਲੱਗਦੀਆਂ ਨੇ ਇਹ ਬਿਲਕੁਲ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਹੁਣ ਮੈਂ ਇਹ ਇੱਕ ਕੋਲੀ 세ਵੀਆਂ ਦੀ ਲਈ ਸੀ ਤੇ ਮੈਂ ਦੋ ਕੋਲੀਆਂ ਉਹਨੂੰ ਮੈਜ਼ਰਮੈਂਟ ਕਰਕੇ ਪਾਣੀ ਐਡ ਕਰ ਲਿਆ ਤੇ ਸਾਰੀਆਂ 세ਵੀਆਂ ਇਹ ਪਾ ਕੇ ਤੇ ਉੱਪਰੋਂ ਦੀ ਕਵਰ ਕਰਕੇ ਇਹਨੂੰ ਪਲੇਟ ਦੇ ਨਾਲ ਇੱਕ ਬੋਇਲ ਹੋਣ ਦੇ ਤੱਕ ਇਹਨੂੰ ਕਵਰ ਕਰ ਦਾਂਗੀ ਤਾਂ ਕਿ ਇਹਦਾ ਇੱਕ ਬੋਇਲ ਆ ਜਾਏ ਤੇ ਪਾਣੀ ਜਿਹੜਾ ਸਾਰਾ ਸੁੱਕ ਜੇ ਹੋਰ ਸੇਵੀਆਂ ਜਿਹੜੀਆਂ ਸੌਫਟ ਹੋ ਜਾਣ ਇਹ ਦੇਖੋ ਬੋਇਲ ਆ ਗਿਆ ਤੇ ਆਪਣੀਆਂ ਜਿਹੜੀਆਂ ਸੇਵੀਆਂ ਬਿਲਕੁਲ ਸੌਫਟ ਹੋ ਗਈਆਂ ਨੇ ਤੇ ਪਾਣੀ ਵੀ ਸੁੱਕ ਗਿਆ ਤੇ ਹੁਣ ਆਪਾਂ ਇਹਦੇ 'ਚ ਜਿਹੜਾ ਹੈਗਾ ਇੱਕ ਕੁੱਲ ਜੀਨੀ ਦੀ ਐਡ ਕਰ ਦਾਂਗੇ ਮਿੱਠਾ ਤੁਸੀਂ ਵਧਾ ਜਾਂ ਘੱਟ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਤੁਸੀਂ ਇਹਦੇ 'ਚ ਗੁੜ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਚੀਨੀ ਨਹੀਂ ਪਾਉਂਦੇ ਤਾਂ ਗੁੜ ਵੀ ਐਡ ਕਰ ਸਕਦੇ ਹੋ ਵੀ ਬਹੁਤ ਸਵਾਦ ਲੱਗਦੀ ਹੈ ਇਹ ਦੁੱਧ ਵਾਲੀਆਂ ਵੀ ਸਵਾਦ ਲੱਗਦੀਆਂ ਇਹਦੇ ਵਿੱਚ ਵੀ ਤੁਸੀਂ ਦੁੱਧ ਐਡ ਕਰ ਸਕਦੇ ਹੋ ਜੋ ਦੁੱਧ ਵਾਲੀਆਂ ਪਸੰਦ ਕਰਦਾ ਉਹ ਦੁੱਧ ਪਾ ਸਕਦਾ ਪਰ ਮੈਨੂੰ ਇਹ ਚੀਨੀ ਤੇ ਘਿਓ ਵਾਲੀਆਂ ਬਹੁਤ ਸਵਾਦ ਲੱਗਦੀਆਂ ਐ ਦੇਖੋ ਚੀਨੀ ਨੇ ਸਾਰਾ ਜਿਹੜਾ ਉਹ ਪਾਣੀ ਸੁੱਕ ਗਿਆ ਜਿਹੜਾ ਆਪਣਾ ਚੀਨੀ ਨੇ ਚਾਸ਼ਨੀ ਛੱਡੀ ਹੋਈ ਸੀ ਤੇ ਹੁਣ ਮੈਂ ਇਹਦੇ ਵਿੱਚ ਜਿਹੜਾ ਹੈਗਾ ਇੱਕ ਕੜਛੀ ਘਿਓ ਦੀ ਐਡ ਕਰ ਦਿੱਤੀ ਹੈਗੀ ਇਹਨੂੰ ਚੰਗੀ ਤਰ੍ਹਾਂ ਸੌਫਟ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੀ ਤੇ ਗਰਮਾ ਗਰਮ ਸਰਵ ਕਰੋ ਇਹ ਬਹੁਤ ਹੀ ਹੈਲਦੀ ਸੇਵੀਆਂ ਜਿਸ ਤਰ੍ਹਾਂ ਗਲਾ ਖਰਾਬ ਗਲਾ ਖੁਸ਼ਕ ਲੱਗਦਾ ਥੋੜਾ ਕੋਲਡ ਲੱਗਦਾ ਤੇ ਕੋਸੀਆਂ ਕੋਸੀਆਂ ਖਾਧੀਆਂ ਜਾਂ ਤਾਂ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਰਾਹਤ ਮਿਲਦੀ ਹੈ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਆਪਣੀ ਰੈਸিপি ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ